ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੋ ਗੱਲ ਕਰਨ ਲੱਗਿਆਂ ਬਾਈ ਜੀ ਚੋਰ ਲੀਟਰਾਂ ਦੀ ਤੇ ਇੱਕ ਵਾਰੀ ਨਾ ਪੁਰਾਣੀ ਕਹਾਵਤ ਹੈ ਸਾਡੇ ਬਜ਼ੁਰਗ ਬਾਤਾਂ ਪਾਇਆ ਕਰਦੇ ਸੀ ਉਦੋਂ ਕੱਚੇ ਘਰ ਹੁੰਦੇ ਸੀ ਤੇ ਇੱਕ ਚੂਰ ਰੱਸਾ ਫੜਦਾ ਹੁੰਦਾ ਸੀ ਤੇ ਕੱਚੇ ਘਰਾਂ ਦੇ ਵਿੱਚ ਮੋਗੇ ਹੁੰਦੇ ਸੀ ਇੱਕ ਚੋਰ ਰੱਸਾ ਫੜ ਕੇ ਉੱਪਰ ਬੈਜਦਾ ਸੀ ਤੇ ਦੂਜਾ ਚੋਰ ਥੱਲੇ ਉਤਰ ਜਦਾ ਸੀ ਚੋਰੀ ਕਰਨ ਵਾਸਤੇ ਉਹ ਜਦੋਂ ਚੋਰ ਥੱਲੇ ਉਤਰਿਆ ਨਾ ਤੇ ਉਹ ਬੁੜੀ ਨੂੰ ਲੱਗ ਗਿਆ ਪਤਾ ਜਿਹੜੀ ਉੱਥੇ ਬਜ਼ੁਰਗ ਮਾਤਾ ਬੈਠੀ ਸੀ ਮੰਜੇ ਤੇ ਉਹ ਜਦੋਂ ਉਹਨੂੰ ਪਤਾ ਲੱਗ ਗਿਆ ਉਹ ਚੋਰ ਉਹਦੀ ਮੰਜੀ ਥੱਲੇ ਵੜ ਗਿਆ ਤੇ ਜਿਹੜਾ ਰੱਸਾ ਫੜ ਕੇ ਉੱਪਰ ਬੈਠਾ ਧੀ ਕੋਠੇ ਦੇ ਉੱਪਰੇ ਬੈਠਾ ਸੀ ਜਦੋਂ ਬੁੜੀ ਨੇ ਰੌਲਾ ਪਾਤਾ ਵੀ ਚੋਰ ਆ ਬੜਿਆ ਚੋਰ ਆ ਬੜਿਆ ਚੋਰ ਆ ਬੜਿਆ ਆਂਡਕ ਬਾਂਡ ਦੇ ਬੰਦੇ ਆ ਗਏ ਉਹ ਕਹਿੰਦੇ ਬੇਬੇ ਕੀ ਹੋ ਗਿਆ ਕਹਿੰਦੀ ਭਾਈ ਖੜਕਾ ਹੋਇਆ ਉੱਪਰ ਲਈ ਜਾਣੇ ਫੇਰ ਆਇਆ ਕਨ ਚਾਰ ਪੰਜ ਬੰਦੇ ਕਹਿੰਦੇ ਬੇਬੇ ਕੀ ਹੋ ਗਿਆ ਕਹਿੰਦੀ ਭਾਈ ਉੱਪਰ ਲਈ ਜਾਣੇ ਖੜਕਾ ਹੋਇਆ ਉਹ ਜਿਹੜਾ ਉੱਪਰ ਬੈਠਾ ਧੀ ਮੋਗੇ ਦੇ ਰੱਸਾ ਫੜੀ ਕੋਠੇ ਤੇ ਉਹ ਕਹਿੰਦਾ ਤੂੰ ਉਹਨੂੰ ਐ ਹੋ ਗਿਆ ਵੀ ਕਿਤੇ ਮੈਨੂੰ ਕਹਿ ਰਹੀ ਆ ਵੀ ਉੱਪਰ ਲਈ ਜਾਣੇ ਉਹ ਤਾਂ ਆਕਾਰਪੁਰਖ ਨੂੰ ਕਹਿ ਰਹੀਦੀ ਵੀ ਉੱਪਰ ਲਈ ਜਾਣੇ ਉਹਨੂੰ ਇਹ ਹੋ ਗਿਆ ਕਿਤੇ ਮੈਨੂੰ ਕਹਿ ਰਹੀ ਆ ਉਹ ਕਹਿੰਦਾ ਬੇਬੇ ਉੱਪਰਲੇ ਨੂੰ ਕਾਨੂੰ ਬਦਨਾਮ ਕਰੀ ਜਾਨੀਆ ਚੋਰ ਤਾਂ ਤਰੀ ਮੰਜੀ ਥੱਲੇ ਬੈਠਾ ਇਹਦੇ ਨਾਲ ਕਦੀ ਰਿਸ਼ਤੇਦਾਰੀ ਹੈ ਨਾ ਗੱਲ ਕਰਨ ਲੱਗਿਆ ਵੀ ਚੋਰ ਤਾਂ ਸਾਡੀਆਂ ਮੰਜੀਆਂ ਥੱਲੇ ਹੀ ਬੈਠੇ ਨੇ ਬਾਈ ਮੋਦੀ ਦਾ ਘਰਸਾ ਫੜਨ ਵਾਲਾ ਇਹ ਚੋਰਾਂ ਦੀ ਗੱਲ ਕਰਨ ਲੱਗਿਆ ਬਾਈ ਜੀ ਮੈਂ ਪਹਿਲਾਂ ਵੀ ਵੀਡੀਓ ਪਾਈ ਹੋਈ ਆ ਤੇ ਧਰਮੀਰ ਗਾਂਧੀ ਨੇ ਵੀ ਜ਼ੋਰ ਲਾ ਲਿਆ ਕੈਪਟਨ ਅਬਰਿੰਦਰ ਸਿੰਘ ਨੂੰ ਵੀ ਭਾਈ ਖਸ ਖਸ ਦੀ ਖੇਤੀ ਸ਼ੁਰੂ ਕਰਾਇਆ ਇੱਥੇ ਪੰਜਾਬ ਦੇ ਵਿੱਚ ਇਹ ਜਿਹੜੇ ਰਸਾਇਣਕ ਨਸ਼ੇ ਨੇ ਸਮਾਏ ਕਹਿ ਜਾ ਚਿੱਟਾ ਹੈ ਜਾਂ ਗੋਲੀਆਂ ਖਾਂਦੇ ਨੇ ਲੋਕ ਇਹਨਾਂ ਨਾਲ ਪੰਜਾਬ ਦੇ ਹਾਲਾਤ ਵਿਗੜਦੇ ਨੇ ਪਰ ਇਹ ਸਮਝਣ ਚ ਨਹੀਂ ਆਉਂਦੇ ਹੈਗੇ ਅਸੀਂ ਵੀ ਵੀਡੀਓ ਪਾ ਪਾ ਥੱਕ ਗਏ ਵੀ ਜੇ ਅਗਰ ਖਸਖਸ ਦੀ ਖੇਤੀ ਕੁਦਰਤ ਦੀ ਖੇਤੀ ਆ ਜੇ ਅਗਰ ਖਸਖਸ ਦੀ ਖੇਤੀ ਇੱਥੇ ਕਿਸਾਨ ਕਰ ਲੈਣਗੇ ਚਾਰ ਪੈਸੇ ਕਿਸਾਨਾਂ ਨੂੰ ਵੀ ਬਚਣਗੇ ਤੇ ਚਾਰ ਪੈਸੇ ਮਜ਼ਦੂਰਾਂ ਨੂੰ ਵੀ ਬਚਣਗੇ ਮੈਂ ਵੀ ਟਰੱਕ ਚਲਾਉਣਾ ਚਲੋ ਅਸੀਂ ਨਹੀਂ ਨਸ਼ਾ ਕਰਦੇ ਪਰ ਜਿਹੜੇ ਨਸ਼ਾ ਕਰਦੇ ਨੇ ਡਰਾਈਵਰ 200 ਰੁਪਏ ਦਿਹਾੜੀ ਆ 300 ਰੁਪਏ ਦੀ ਪਹਿਲਾ ਭੁੱਕੀ ਲੈਂਦੇ ਨੇ ਕੀ ਉਹ ਆਪ ਦਾ ਢਿੱਡ ਪਾਲ ਲੈਣਗੇ ਕੀ ਆਪਣੇ ਬੱਚਿਆਂ ਨੂੰ ਦੇ ਦੇਣਗੇ ਕੀ ਉਹ ਆਪ ਦਾ ਬਿੱਲ ਭਰ ਦੇਣਗੇ ਬਿਜਲੀ ਦਾ ਇਹਨਾਂ ਨੇ ਸਾਡੇ ਲੀਡਰ ਜਿਹੜੇ ਚੋਰ ਬੈਠੇ ਨੇ ਇੱਥੇ ਇਹਨਾਂ ਨੇ ਗੀਜਾਂ ਦੇ ਵਿੱਚ 7-7 ਟੋਲੇ ਫੀਮ ਪਈਆ ਸਾਡੇ ਨਾਲ ਮਜ਼ਦੂਰਾਂ ਕੋਲੇ ਆ ਨਾ ਸਾਡੇ ਕਿਸਾਨਾਂ ਕੋਲੇ ਆ ਕੁਦਰਤ ਦੀ ਖੇਤੀ ਆ ਕਿਉਂ ਨਹੀਂ ਇਹ ਖਸਖਸ ਦੀ ਖੇਤੀ ਹੁਣ ਲੰਦੇ ਕਿਉਂ ਇਹਨਾਂ ਦਾ ਚਿੱਟਾ ਨਹੀਂ ਵਿਕਦਾ ਇਹਨਾਂ ਦੀ ਸਨਮਾਇਕ ਨਹੀਂ ਵਿਕਦੀ ਇਹਨਾਂ ਨੇ ਆ ਗੋਲੀਆਂ ਨਹੀਂ ਵਿਕਦੀਆਂ ਬਸ ਆਹੀ ਵਜਾ ਇਹਨਾਂ ਨੇ ਸਿਰਫ ਨਾ ਕਿਸਾਨੀ ਤੋਂ ਕੁਝ ਲੈਣਾ ਨਾ ਮਜ਼ਦੂਰਾਂ ਤੋਂ ਲੈਣਾ ਨਾ ਇਹਨਾਂ ਨੇ ਗਰੀਬਾਂ ਤੋਂ ਲੈਣਾ ਇਹਨਾਂ ਨੇ ਸਿਰਫ ਤੇ ਸਿਰਫ ਆਪਣੇ ਪਰਿਵਾਰ ਪਾਲਣ ਦੇ ਵਿੱਚ ਲੱਗੇ ਹੋਏ ਨੇ ਇਹ ਸਾਡੇ ਪੰਜਾਬ ਦੇ ਨਾਲ ਇਹ ਧੋਖਾ ਧੜੀ ਕਰ ਰਹੇ ਨੇ ਇਹ ਚੋਰ ਨੇ ਇਹ ਲੀਡਰ ਨਹੀਂ ਹੈਗੇ ਲਓ ਇਹਨਾਂ ਤੇ ਗਾਣਾ ਪੇਸ਼ ਕਰਨ ਲੱਗੇ ਆ ਲਓ ਆਹੀ ਜਿਹੜੀ ਮੈਂ ਗੱਲ ਕਰਨ ਲੱਗਿਆ ਇਹੀ ਗਾਣਾ ਮੈਂ ਪੇਸ਼ ਕਰਨ ਲੱਗਿਆ। 1 ਮਿੰਟ ਬਾਅਦ ਜੀ ਵੀਡੀਓ ਬੰਦ ਕਰ ਦੇ। ਇਹੀ ਲੀਡਰਾਂ ਨੇ ਭਾਈ ਜੀ ਸਾਡਾ ਭਾਈਚਾਰਾ ਖਤਮ ਕਰਿਆ ਹੋਇਆ। ਇਹੀ ਲੀਡਰਾਂ ਨੇ ਸਾਡੀ ਜਵਾਨੀ ਖਤਮ ਕਰੀ ਹੋਈ ਆ ਪੰਜਾਬ ਦੀ। ਇਹੋ ਸੇ ਲੀਡਰਾਂ ਨੇ ਸਾਡਾ ਭਾਈ ਨਾਲ ਭਾਈ ਲੜਾਤਾ। ਇੱਕ ਪਿੰਡਾਂ ਦੇ ਵਿੱਚ 4-4 ਪਾਰਟੀਆਂ, ਇੱਕ ਪਿੰਡ ਦੇ ਵਿੱਚ 4-4 ਪਾਰਟੀਆਂ। ਭਾਈ ਦਾ ਭਾਈ ਬੈਰੀ ਬਣਾਤਾ। ਸਾਡੀ ਜਿਹੜੀ ਨੌਜਵਾਨੀ ਸੀ ਉਹ ਨਸ਼ਿਆਂ ਦੇ ਵਿੱਚ ਤੱਕ ਕੇ ਇਹਨਾਂ ਨੇ ਲੀਡਰਾਂ ਨੇ ਆਪਦੇ ਬੱਚੇ ਪਾਲੇ ਨੇ ਆਪਣੀਆਂ ਜਾਇਦਾਦਾਂ ਬਣਾਈਆਂ ਨੇ ਇਹਨਾਂ ਦੇ ਖਿਲਾਫ ਗਾਣਾ ਗਾਉਣ ਲੱਗਿਆ ਹੋ ਕਿਤੇ ਰੰਗ ਹੀ ਹੋ ਕਿਤੇ ਰੰਗ ਹੀ ਨજર ਨਹੀਂ ਆਉਂਦਾ ਉਹ ਕਿਤੇ ਰੰਗ ਹੀ ਨજર ਨਹੀਂ ਆਉਂਦਾ ਉਹ ਪਾਈ ਚਾਰੇ ਵਾਲੀ ਸਾਂਝ ਦਾ ਅੱਜ ਰੰਗ ਹੀ ਨજર ਨਹੀਂ ਆਉਂਦਾ ਉਹ ਭਾਈ ਚਾਰੇ ਬਾਲੀ ਸਾਂਝਦਾ ਉਹ 마ੜੇ ਨਸ਼ਿਆਂ ਨੇ ਮਾਰਤੇ ਵਿਦੋਸ਼ੇ ਇਹ ਚੋਰਾ ਨੇ ਪੰਜਾਬ ਮਾਂਜਤਾ ਉਹ 마ੜੇ ਨਸ਼ਿਆਂ ਨੇ ਮਾਰਤੇ ਵਿਦੋਸ਼ੇ ਇਹ ਚੋਰਾ ਨੇ ਪੰਜਾਬ ਮਾਂਜਤਾ ਅੰਮਰਸਰ ਜ਼ਿਲ੍ਹੇ ਦੇ ਵਿੱਚ ਭਾਈ ਦੋ ਸਕੇ ਭਾਈਆਂ ਨੇ ਖੁਦਕੁਸ਼ੀ ਕਰੀਆ ਜਾਂ ਉਹਨਾਂ ਨੂੰ ਪਤਾ ਜਾਉਂਦਾ ਮਾਪਾਪਾ ਨੂੰ ਪਤਾ ਜਾ ਅਕਾਲ ਪੁਰਖ ਵੈਸ ਨੂੰ ਪਤਾ ਉਹ ਮਾਰੇ ਨਸ਼ਿਆਂ ਨੇ ਮਾਰਤੇ ਬੇਦੋਸ਼ੇ ਇਹ ਚੋਰਾ ਨੇ ਪੰਜਾਬ ਮਾਂਜਤਾ ਇਹ ਚੋਰਾ ਨੇ ਹੀ ਮਾਰਿਆ ਕਿਸਾਨ ਤੇ ਗਰੀਬ ਨੂੰ ਇਹ ਚੋਰਾ ਨੇ ਹੀ ਮਾਰਿਆ ਕਿਸਾਨ ਤੇ ਗਰੀਬ ਨੂੰ ਉਹ ਛੜਕਾਂ ਤੇ ਬਹਿ ਕੇ ਅੱਜ ਰੋਨਿਆਂ ਨਸੀਬ ਨੂੰ ਅਸੀਂ ਛੜਕਾਂ ਤੇ ਬਹਿ ਕੇ ਅੱਜ ਰੋਨਿਆਂ ਨਸੀਬ ਨੂੰ ਉਹ ਜਿਹੜੇ ਰੁੱਖ ਨੂੰ ਉਹ ਜਿਹੜੇ ਰੁੱਖ ਨੂੰ ਕੁਣਾ ਲੱਗ ਜਾਵੇ ਰਤਾਂ ਨਾ ਪੈਂਦਾ ਮੁੱਲ ਚਾਂਗਦਾ ਜਿਹੜੇ ਰੁੱਖ ਨੂੰ ਉਣਾ ਲੱਗ ਜਾਵੇ ਰਤਾਂ ਨਾ ਪੈਂਦਾ ਮੁੱਲ ਚਾਂਗਦਾ ਉਹ ਮਾਰੇ ਨਸ਼ਿਆਂ ਨੇ ਮਾਰਤੇ ਬੇਦੋਸ਼ੇ ਇਹਨਾਂ ਚ ਹੁਣਾਂ ਨੇ ਪੰਜਾਬ ਮਾਂਜਤਾ ਉਹ ਮਾਰੇ ਨਸ਼ਿਆਂ ਨੇ ਮਾਰਤੇ ਬੇਦੋਸ਼ੇ ਇਹ ਚੋਰਾ ਨੇ ਪੰਜਾਬ ਮਾਂਜਤਾ ਉਹ ਨਸ਼ਿਆਂ ਚ ਤੱਕ ਦਿੱਤਾ ਰੰਗਲੇ ਪੰਜਾਬ ਨੂੰ ਉਹ ਨਸ਼ਿਆਂ ਚ ਡੋਬ ਦਿੱਤਾ ਰੰਗਲੇ ਪੰਜਾਬ ਨੂੰ ਕਰੀਏ ਸਵਾਰ ਕੋਈ ਦਿੰਦਾ ਨਾ ਜਵਾਬ ਨੂੰ ਕਰੀਏ ਸਵਾਰ ਕੋਈ ਦਿੰਦਾ ਨਾ ਜਵਾਬ ਨੂੰ ਉਹ ਚਟ ਕਹੀ ਤੇ ਉਹ ਕਸਾਈ ਤੇ ਅਸਰ ਨਾ ਹੋਵੇ ਉਹ ਕੁੱਕੜਾਂ ਦੀ ਦਿੱਤੀ ਬਾਂਗ ਦਾ ਉਹ ਮਾਰੇ ਨਸ਼ਿਆਂ ਨੇ ਮਾਰ ਤੇ ਵਿਦੋਸ਼ੇ ਇਹ ਚੋਰਾਂ ਨੇ ਪੰਜਾਬ ਮਾਂ ਜਤਾ ਉਹ ਮਾਰੇ ਨਸ਼ਿਆਂ ਨੇ ਮਾਰਤੇ ਬੇਦੋਸ਼ੇ ਇਹ ਚੋਰਾ ਨੇ ਪੰਜਾਬ ਮਾਂਜਤਾ ਉਹ ਜੀਨੇ ਜੀਨੇ ਲੁੱਟਿਆ